ਚਾਹ ਪੀਂਦੇ ਆ ਇੱਥੇ ਗਲੀਆਂ 'ਚ, ਪਲੱਸ ਬਾਥਰੂਮ ਕਰਦੇ ਆ, ਕਿਸੇ ਤੋਂ ਡਰਦੇ ਨਹੀਂ ਇਹ। ਇੱਥੇ ਬਾਥਰੂਮ ਹੁੰਦਾ, ਅਸੀਂ ਨਿਕਲਣਾ, ਸਾਡਾ ਬਹੁਤ ਮੁਸ਼ਕਿਲ ਹੋਇਆ ਪਿਆ। ਹੰਗਾਮੇ ਦੀਆਂ ਤਸਵੀਰਾਂ ਇੱਕ ਠੇਕੇ ਦੇ ਬਾਹਰ ਦੀਆਂ ਨੇ, ਜਿਸ ਦੇ ਗਾਹਕਾਂ ਤੋਂ ਲੋਕ ਕਾਫੀ ਪਰੇਸ਼ਾਨ ਨੇ। ਦੱਸਦੇ ਕਿ ਇਸ ਠੇਕੇ ਦੇ ਗਾਹਕ ਇੱਕ ਤਾਂ ਗਲੀ ਦੇ ਬਾਹਰ ਖੜੇ ਹੋ ਕੇ ਹੀ ਸ਼ਰਾਬ ਪੀਂਦੇ ਨੇ ਤੇ ਫਿਰ ਉੱਥੇ ਲੋਕਾਂ ਦੇ ਘਰਾਂ ਅੱਗੇ ਪੇਸ਼ਾਬ ਕਰ ਜਾਂਦੇ ਨੇ, ਜਿਸ ਕਰਕੇ ਇਸ ਇਲਾਕੇ ਦੇ ਵਾਸੀ ਡਾਢੇ ਪਰੇਸ਼ਾਨ ਨੇ ਤੇ ਉਹਨਾਂ ਨੇ ਠੇਕੇ ਨੂੰ ਹੀ ਘੇਰ ਲਿਆ, ਰੱਜ ਕੇ ਹੰਗਾਮਾ ਕੀਤਾ ਤੇ ਮੌਕੇ ਤੇ ਐਕਸਾਈਜ਼ ਵਿਭਾਗ ਵੀ ਪਹੁੰਚਿਆ, ਜਿਸ ਤੋਂ ਬਾਅਦ ਇਸ ਠੇਕੇ ਦੇ ਵਿੱਚ ਰੇਡ ਕੀਤੀ ਗਈ ਅਤੇ ਚੈਕਿੰਗ ਤੋਂ ਬਾਅਦ ਐਕਸਾਈਜ਼ ਵਿਭਾਗ ਦੇ ਵੱਲੋਂ ਕਾਰਵਾਈ ਦੀ ਗੱਲ ਵੀ ਆਖੀ ਗਈ। ਦਰਅਸਲ ਇਹ ਠੇਕਾ ਇੱਕ ਗਲੀ ਦੇ ਬਾਹਰ ਹੈ ਅਤੇ ਠੇਕੇ ਦੇ ਵਿੱਚ ਕੋਈ ਵੀ ਇੰਤਜ਼ਾਮ ਨਹੀਂ ਹੈ ਕਿ ਇੱਥੇ ਬੈਠ ਕੇ ਸ਼ਰਾਬ ਪੀਤੀ ਜਾ ਸਕੇ। ਫਿਰ ਵੀ ਇੱਥੇ ਆਉਣ ਵਾਲੇ ਗਾਹਕ ਇਸ ਠੇਕੇ ਤੋਂ ਪਾਣੀ, ਸੋਡਾ ਸਭ ਖਰੀਦਦੇ ਨੇ ਤੇ ਉੱਥੇ ਖੜੇ ਹੋ ਕੇ ਸ਼ਰਾਬ ਪੀਣਾ ਸ਼ੁਰੂ ਕਰ ਦਿੰਦੇ ਨੇ। ਇਸ ਦੌਰਾਨ ਉੱਥੋਂ ਗਲੀ 'ਚੋਂ ਲੰਘਣ ਵਾਲੀਆਂ ਔਰਤਾਂ ਨੂੰ ਵੀ ਕਾਫੀ ਝਿਜਕ ਆਉਂਦੀ ਹੈ ਤੇ ਉਹਨਾਂ ਦਾ ਲੰਘਣਾ ਵੀ ਮੁਹਾਲ ਹੋ ਜਾਂਦਾ ਹੈ। ਦੂਸਰਾ, ਇਹ ਗਾਹਕ ਜਿਹੜੇ ਨੇ ਸ਼ਰਾਬ ਪੀਣ ਤੋਂ ਬਾਅਦ ਇੱਥੇ ਗਲੀ ਦੇ ਬਾਹਰ ਜਾਂ ਲੋਕਾਂ ਦੇ ਘਰਾਂ ਬਾਹਰ ਹੀ ਪੇਸ਼ਾਬ ਕਰ ਜਾਂਦੇ ਨੇ, ਜਿਸ ਕਰਕੇ ਬਦਬੂ ਆਉਂਦੀ ਹੈ ਤੇ ਲੋਕ ਇਸ ਗੱਲ ਤੋਂ ਵੀ ਕਾਫੀ ਪਰੇਸ਼ਾਨ ਨੇ। ਬੱਚਿਆਂ ਨੇ ਖੇਡਣਾ ਹੁੰਦਾ ਹੈ ਗਲੀ 'ਚ ਤਾਂ ਉਹਨਾਂ ਨੂੰ ਵੀ ਬਾਹਰ ਨਹੀਂ ਕੱਢਿਆ ਜਾਂਦਾ। ਤਸਵੀਰਾਂ ਲੁਧਿਆਣਾ ਦੇ ਧਰਮਪੁਰ ਇਲਾਕੇ ਦੀਆਂ ਨੇ, ਜਿੱਥੇ ਸ਼ਰਾਬ ਦੇ ਠੇਕੇ ਦੇ ਗਾਹਕਾਂ ਤੋਂ ਇਹ ਲੋਕ ਡਾਢੇ ਪਰੇਸ਼ਾਨ ਨੇ, ਕਿਉਂਕਿ ਇਹ ਗਾਹਕ ਉੱਥੇ ਗੰਦਗੀ ਫੈਲਾਉਂਦੇ ਨੇ। ਉਹਦੇ ਠੇਕੇਦਾਰ ਦਾ ਕਹਿਣਾ ਆ ਕਿ 20 ਸਾਲ ਤੋਂ ਇਸੇ ਹੀ ਜਗ੍ਹਾ ਤੇ ਠੇਕਾ ਚਲਾ ਰਿਹਾ ਹੈ, ਪਹਿਲਾਂ ਕਦੇ ਕੋਈ ਪਰੇਸ਼ਾਨੀ ਨਹੀਂ ਹੋਈ। ਦੂਜੇ ਪਾਸੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਦੇ ਵੱਲੋਂ ਕਿਹਾ ਗਿਆ ਹੈ ਕਿ ਠੇਕਾ ਲੀਗਲ ਹੈ ਅਤੇ ਅੰਦਰ ਰੱਖੀ ਸ਼ਰਾਬ ਵੀ ਲੀਗਲ ਹੈ, ਪਰ ਠੇਕੇ ਦੇ ਬਾਹਰ ਖੜੇ ਹੋ ਕੇ ਸ਼ਰਾਬ ਪੀਣਾ ਇਹ ਗੈਰ ਕਾਨੂੰਨੀ ਹੈ, ਜਿਸ ਕਰਕੇ ਕਾਰਵਾਈ ਕੀਤੀ ਜਾਏਗੀ। ਨਾਲ ਹੀ ਠੇਕੇ ਦੇ ਵਿੱਚ ਪਾਣੀ ਦੀਆਂ ਬੋਤਲਾਂ, ਸੋਡੇ ਦੀਆਂ ਬੋਤਲਾਂ ਵੇਚਣਾ ਜਾਂ ਨਮਕੀਨ ਜਾਂ ਕੁਝ ਹੋਰ ਵੇਚਣਾ ਮਨਾ ਹੈ, ਇਸ ਨੂੰ ਲੈ ਕੇ ਵੀ ਇੱਥੇ ਕਾਰਵਾਈ ਕੀਤੀ ਜਾਏਗੀ। ਮੈਂ ਤਾਂ ਬਿਲਕੁਲ ਖਿਲਾਫ ਹਾਂ ਜੀ, ਠੇਕਾ ਗਲੀ ਦੇ ਬਾਹਰ ਹੈ ਜੀ, ਬੰਦ ਹੋਣਾ ਚਾਹੀਦਾ। ਦੇਖੋ, ਲੇਡੀਜ਼ ਦਾ ਨਿਕਲਣਾ ਵੀ ਬਹੁਤ ਮੁਸ਼ਕਿਲ ਹੁੰਦਾ, ਇੱਥੇ ਨੁੱਕਰ 'ਤੇ ਖੜ ਕੇ ਹੀ ਇਹ ਡਰਿੰਕ ਕਰਦੇ ਨੇ, ਬਾਥਰੂਮ ਇੱਥੇ ਕਰਦੇ ਨੇ। ਬਹੁਤ ਵਾਰ ਸਾਡੀ ਖੁਦ ਦੀ ਲੜਾਈ ਹੋਈ ਹੈ, ਮੇਰੇ ਹਸਬੈਂਡ ਨਾਲ ਲੜਾਈ, ਅਸੀਂ ਰਿਪੋਰਟ ਲਿਖਾਈ ਹੈ, ਕੋਈ ਕਾਰਵਾਈ ਨਹੀਂ ਹੋਈ। ਕਿੰਨੀ ਵਾਰੀ ਰਿਪੋਰਟ ਦੇ ਚੁੱਕਿਆ? ਐਕਚੁਅਲੀ ਸਾਡੀ ਫਸਟ ਟਾਈਮ ਹੋਈ ਹੈ, ਕਾਫੀ ਜਣਿਆਂ ਦੀ ਹੋਈ ਹੈ, ਸਾਡੇ ਮਹੱਲੇ 'ਚ 3-4 ਜਣੇ, ਬਿਲਕੁਲ ਵੀ ਨਹੀਂ ਹੋ ਰਹੀ। ਕੀ ਕਹਿ ਰਹੇ ਹੋ ਪੁਲਿਸ ਵਾਲੇ? ਕੀ ਕਹਿ ਰਹੇ ਪੁਲਿਸ ਵਾਲੇ? ਬਸ ਕਿਆ ਕਰਦੇ ਨੇ, ਰਿਪੋਰਟ ਲਿਖ ਲਈ ਜੀ, ਕੋਈ ਨਹੀਂ ਬੁਲਾਵਾਂਗੇ, ਕੋਈ ਨਹੀਂ ਬੁਲਾਉਂਦਾ। ਸਾਨੂੰ ਆਈ ਲੱਗਦਾ ਸ਼ਿੰਗਾਰ ਸਿੰਘ। ਹਾਂਜੀ, ਠੀਕ ਹੈ। ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ, ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੇ ਵੀ ਮਹੱਲੇ 'ਚ ਰਹਿੰਦੇ ਹਾਂ, ਮਹੱਲੇ ਦੇ ਵਸਨੀਕ ਹਾਂ, ਸਾਡਾ ਵੀ ਇਹੀ ਵਿਰੋਧ ਹੈ ਵੀ ਠੇਕਾ ਬੰਦ ਹੋਣਾ ਚਾਹੀਦਾ। ਕਾਰਨ ਕੀ ਹੈ ਵੀ ਜਿਹੜਾ ਤਾਂ ਪਹਿਲੀ ਗੱਲ ਤਾਂ ਇਹ, ਜਿਹੜੀ ਸਰਕਾਰ ਹੈ ਉਹਨਾਂ ਦਾ ਜਿਹੜਾ ਅਸਰਗਨ ਹੈ ਉਹ ਆਪ ਇਸੇ ਕਰਕੇ ਬੰਦ ਹੈ ਕਿ ਉਹਨੇ ਜਿਹੜੀ ਨੀਤੀ ਲੈ ਕੇ ਆਇਆ। ਦੂਜੀ ਗੱਲ, ਇੱਥੇ ਜਿਹੜਾ ਠੇਕਾ ਚੱਲਦਾ ਵਾ, ਮਹੱਲੇ ਦੇ ਵਿੱਚ ਧੀਆਂ ਭੈਣਾਂ ਰਹਿੰਦੀਆਂ ਨੇ, ਬੜੀ ਪਰੇਸ਼ਾਨੀ ਹੁੰਦੀ ਹੈ, ਬੜੀ ਵਾਰੀ ਧਰਨਾ ਵੀ ਲਾ ਚੁੱਕੇ ਹਾਂ, ਬੜੀ ਵਾਰੀ ਕੰਪਲੇਂਟਾਂ ਵੀ ਦੇ ਚੁੱਕੇ ਹਾਂ, ਲੇਕਿਨ ਕੋਈ ਸਰ ਇੱਕ ਲੇਡੀਜ਼ ਹੈ ਕਹਿੰਦੇ, ਹੋਰ ਕੋਈ ਹੈ ਹੀ ਨਹੀਂ ਕਹਿੰਦੇ, ਇਹ ਤਾਂ ਵੈਸੇ ਹੀ ਬੋਲਦੀ ਰਹਿੰਦੀ। ਭਾਜੀ ਕੌਣ ਕਹਿੰਦਾ ਇੱਕ ਲੇਡੀਜ਼ ਹੈ? ਤੁਸੀਂ ਹੁਣੇ ਗੱਲ ਕਰੋ, ਇੱਕ ਵਾਰ ਇੱਕ ਵਾਰ ਮਾਰਾਂਗਾ ਸਾਰਾ ਮਹੱਲਾ ਬਾਹਰ ਆਉਂਦਾ, ਕੋਈ ਇੱਕ ਲੇਡੀਜ਼ ਨਹੀਂ ਹੈ। ਦੇਖੋ, ਇਹ ਨਹੀਂ ਹੈਗਾ ਵੀ ਇਹ ਸਾਡੀ ਭੈਣ ਇਕੱਲੀ ਬੋਲਦੀ ਵੀ ਹੈ, ਪਰੇਸ਼ਾਨ ਸਾਰਾ ਮਹੱਲਾ, ਤੁਸੀਂ ਗੱਲ ਕਰੋ, ਆਪਾਂ ਮੈਂ ਸਾਰਾ ਮਹੱਲਾ ਬਾਹਰ ਸੱਦ ਲੈਣਾ। ਲਗਾਤਾਰ ਵਿਰੋਧ ਹੋ ਰਿਹਾ, ਤੁਸੀਂ ਨੁਮਾਇੰਦਗੀ ਵੀ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਵੱਲੋਂ, ਕਦੀ ਕੰਪਲੇਂਟ ਨਹੀਂ ਦਰਜ ਕਰਾਈ? ਭਾਜੀ ਮੈਂ ਤੁਹਾਨੂੰ ਕਹਿ ਸਕਦਾ ਕਿੰਨੀ ਵਾਰੀ ਪਿਛਲੇ 10 ਸਾਲਾਂ ਤੋਂ ਕਿੰਨੀ ਵਾਰੀ ਕੰਪਲੇਂਟ ਵੀ ਦਰਜ ਕਰਾਈ ਹੈ, ਧਰਨੇ ਵੀ ਲਾਏ, ਅਮਲ ਕੀ ਤੁਹਾਡੇ ਸਾਹਮਣੇ ਆ? ਜੇ ਅਮਲ ਹੋਇਆ ਹੁੰਦਾ ਤਾਂ ਬੰਦ ਨਾ ਹੋ ਜਾਂਦਾ ਹੁਣ?
ਅਸੀਂ ਹੁਣ ਫਿਰ ਇਹੀ ਗੱਲ ਕਹਿਣਾ ਚਾਹੁੰਦੇ ਹਾਂ, ਪ੍ਰਸ਼ਾਸਨ ਨੂੰ ਵੀ ਗੱਲ ਕਹਿਣਾ ਚਾਹੁੰਦੇ ਹਾਂ, ਮੁਹੱਲੇ ਵੱਲੋਂ ਵੀ ਗੱਲ ਕਹਿਣਾ ਚਾਹੁੰਦੇ ਹਾਂ ਵੀ ਇਹਨੂੰ ਬੰਦ ਕੀਤਾ ਜਾਵੇ ਜਾਂ ਤਾਂ ਕੋਈ ਅਲਟਰਨੇਟ ਕੱਢਿਆ ਜਾਵੇ, ਕਿਉਂ ਇੱਥੇ ਧੀਆਂ ਭੈਣਾਂ ਰਹਿੰਦੀਆਂ। ਬਿਲਕੁਲ ਗੱਲ ਸਹੀ ਹੈ, ਪਰਸੋਂ ਦੀ ਗੱਲ ਹੈ, ਮੈਂ ਆ ਰਿਹਾ, ਆਹ ਮੇਰਾ ਵੀਰ ਬਾਹਰ ਖੜਾ ਸੀਗਾ, ਇੱਥੇ ਦਾਰੂ ਦੇ ਗਲਾਸ ਲੈ ਕੇ ਘਰਾਂ ਦੇ ਮੂਹਰੇ ਜਾ ਕੇ ਦਾਰੂ ਪੀਂਦੇ ਪਏ। ਠੇਕੇ ਨੂੰ ਲੈ ਕੇ ਨਹੀਂ ਵਿਰੋਧ, ਜਿਹੜੀ ਸ਼ਰਾਬ ਇਲੀਗਲ ਪ੍ਰੋਸੀ ਜਾ ਰਹੀ ਉਹਨੂੰ ਲੈ ਕੇ ਵਿਰੋਧ? ਸਾਰੇ ਹੀ ਵਿਰੋਧ ਹੈ ਸਰ, ਗੱਲ ਇੱਕ ਨੂੰ ਨਹੀਂ ਹੈ, ਸਾਰੇ ਹੀ ਆ। ਠੇਕਾ ਖੁੱਲ੍ਹਿਆ ਦਾਰੂ ਇਲੀਗਲ ਅਤੇ ਇਲੀਗਲ ਕੀ ਆ? ਬਾਹਰ ਸੜਕ 'ਤੇ ਪੀਂਦੇ ਲੋਕ, ਮੈਂ ਉਹੀ ਤਾਂ ਗੱਲ ਕਹਿ ਰਿਹਾ, ਜੇ ਇਲੀਗਲ ਅਤੇ ਇਲੀਗਲ ਦਾ ਕੀ ਹੋਇਆ? ਦਾਰੂ ਲਿੱਤੀ ਪੀਣੀ ਹੈ ਨਾ, ਕਿੱਥੇ ਪੀਣਗੇ? ਉਹ ਅੰਦਰ ਨਹੀਂ ਪੀਣਗੇ, ਬਾਹਰ ਪੀਣਗੇ, ਗਲੀ 'ਚ ਪੀਣਗੇ। ਜੇ ਗਲੀ ਪੀਣਗੇ ਤਾਂ ਮੁਹੱਲੇ ਦੇ ਧੀਆਂ ਭੈਣਾਂ ਸਾਰੀਆਂ ਨੇ ਅਤੇ ਉਹ ਪਰੇਸ਼ਾਨ ਤਾਂ ਹੁੰਦੀਆਂ, ਮੁਹੱਲੇ ਪਰੇਸ਼ਾਨ, ਮੁਹੱਲਾ ਸਾਰਾ ਪਰੇਸ਼ਾਨ ਹੁੰਦਾ। ਜਿਵੇਂ ਭੈਣ ਜੀ ਬੋਲੇ, ਲੜਾਈ ਝਗੜਾ ਵੀ ਕਾਫੀ ਹੁੰਦਾ ਵੈਸੇ ਇਹ ਲੈ ਕੇ। ਭਾਜੀ ਰੈਗੂਲਰ ਚੀਜ਼ਾਂ ਨੇ, ਨਵੀਂ ਨਹੀਂ ਹੈਗੀ, ਰੈਗੂਲਰ ਚੀਜ਼ਾਂ ਨੇ। ਲੜਾਈ ਝਗੜਾ ਹੋ ਗਿਆ, ਆਪਸ ਲੜਾਈ ਝਗੜਾ ਹੋ ਗਿਆ ਮੁਹੱਲੇ ਨਾਲ, ਜਿਵੇਂ ਬਾਥਰੂਮ ਕਰਨਾ ਜਾਂ ਸਰ ਬਿਲਕੁਲ ਕਰਾਇਆ ਜਾਊਗਾ। ਜੇ ਕਹਿੰਦੇ ਆ ਸਾਰੇ ਮੁਹੱਲੇ ਦੀ ਕੰਪਲੇਂਟ ਦੇ ਕੇ ਸਾਰੇ ਮੁਹੱਲੇ ਦੇ ਸਾਈਨ ਕਰਾ ਕੇ ਇਹਨਾਂ ਨੂੰ ਕਹਿੰਦੇ ਬੰਦ ਕਰੋ। ਠੀਕ ਹੈ ਸਰ, ਸਾਰੇ ਪ੍ਰੂਫ ਹੈਗੇ ਆ ਯਾਰ। ਅਤੇ ਗਲੀ ਵਾਲੇ ਵਿਰੋਧ ਕਰ ਰਹੇ, ਕਹਿੰਦੇ ਅਕਸਰ ਇਹਦੇ ਮਾਰਕੀਟ ਹੁੰਦੀ ਹੈ ਠੇਕੇ ਨੂੰ ਲੈ ਕੇ, ਲੋਕ ਦਾਰੂ ਬਾਹਰ ਖੜ ਕੇ ਪੀਂਦੇ ਨੇ, ਉਸ ਚੀਜ਼ ਨੂੰ ਲੈ ਕੇ ਤੁਸੀਂ ਕੀ ਕਹੋਗੇ? ਉਹ ਤਾਂ ਐਕਸਾਈਜ਼ ਦੀ ਰੇਟ ਵੱਖਰੀ ਹੈ ਸਰ, ਜਿਹੜਾ ਲੋਕ ਗਲੀ ਵਾਲੇ ਵਿਰੋਧ ਕਰ ਰਹੇ। ਗਲੀ ਕੋਈ ਵਿਰੋਧ ਨਹੀਂ ਕਰ ਰਿਹਾ, ਸਾਹਮਣੇ ਵਿਰੋਧ ਕਰ ਰਹੇ ਸਾਰੇ, ਇੱਦਾਂ ਹੀ ਮਾਰਦੇ, ਕੋਈ ਵਿਰੋਧ ਨਹੀਂ ਕਰ ਰਿਹਾ। ਪਤਾ ਨਹੀਂ ਉਹਦਾ, ਪੁੱਛ ਲਓ ਕੋਈ ਲੜਾਈ ਵੜਾਈ, ਕੋਈ ਕੇਸ ਹੋਇਆ ਦੱਸ ਦਿਓ ਚੌਂਕੀ 'ਚ। ਨਹੀਂ ਸਰ, ਉਹ ਕਹਿੰਦੇ ਅਸੀਂ ਕਈ ਵਾਰੀ ਕੰਪਲੇਂਟ ਦਿੱਤੀ ਚੌਂਕੀ ਦੇ ਵਿੱਚ, ਅਗਰ ਦੱਸੋ ਕਦੋਂ ਕਿਤੇ ਕੰਪਲੇਂਟ ਹੁੰਦੀ? ਉਹ ਕਹਿੰਦੇ ਉੱਥੇ ਖੜ ਕੇ ਦਾਰੂ ਪੀਤੀ ਹੈ, ਗਲਾਸ ਸਾਰੇ ਅੰਦਰ ਹੱਥ ਹੈ, ਕਿੱਦਾਂ ਪੀਂਦਾ? ਲੋਕ ਕਹਿ ਰਹੇ, ਅਸੀਂ ਤਾਂ ਨਹੀਂ ਕਹਿ ਰਹੇ, ਮੁਹੱਲੇ ਲਈ ਕਹਿ ਰਹੇ, ਮੁਹੱਲੇ ਵਾਲੇ ਤਾਂ ਸ਼ਿਕਾਇਤ ਲਾ ਰਹੇ, ਮੁਹੱਲੇ ਵਾਲੇ ਲਾ ਰਹੇ ਸ਼ਿਕਾਇਤ। ਉਹੀ ਸਰ, ਇਹ ਦੱਸੋ ਠੇਕੇ ਦੀ ਜਿਹੜੀ ਪਾਲਿਸੀ ਹੈ ਕਿ ਉਹਦੇ ਅੰਦਰ ਅਸੀਂ ਪਾਣੀ ਦੀ ਬੋਤਲਾਂ ਅਤੇ ਖਾਲੀ ਗਲਾਸ ਵੇਚ ਸਕਦੇ ਹਾਂ? ਅੱਜ ਰੇਡ ਕੀਤੀ ਹੈ ਆਪਣੇ ਸੀਆਈ ਸਟਾਫ ਨੇ ਕੀਤੀ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਦੱਸਿਆ ਜਾਵੇ ਕਿ ਇਹ ਠੇਕਾ ਜਾਇਜ਼ ਹੈ ਕਿ ਨਾਜਾਇਜ਼। ਅਸੀਂ ਚੈੱਕ ਕੀਤਾ, ਠੇਕਾ ਜਾਇਜ਼ ਹੈ, ਬਿਲਕੁਲ ਜਾਇਜ਼ ਹੈ, ਅਤੇ ਜਿਹੜੀ ਸ਼ਰਾਬ ਜਿੰਨੀ ਪਈ ਹੈ ਇਹ ਔਥੈਂਟੀਕੇਟਡ ਸ਼ਰਾਬ ਹੈ, ਜਾਇਜ਼ ਹੈ, ਪਾਸਪੋਰਟ ਲਾਈ ਹੋਈ ਹੈ, ਪੰਜਾਬ ਡਿਊਟੀ ਪੇਡ ਸ਼ਰਾਬ। ਅਤੇ ਸਰ ਜਿਹੜੀ ਇਹ ਮਤਲਬ ਇਹਨਾਂ ਨੇ ਗਡਾਊਨ ਬਣਾਇਆ ਹੋਇਆ ਠੇਕੇ ਦੀ ਬੈਕ ਸਾਈਡ 'ਤੇ, ਜਿਹੜਾ ਉਹ ਮੈਂ ਤੁਹਾਨੂੰ ਦੱਸਦਾ ਜੀ, ਕਿਉਂਕਿ ਜਦੋਂ ਨਵੇਂ ਠੇਕੇ ਖੁੱਲ੍ਹੇ ਹੈ, ਜਿਹੜਾ ਠੇਕਾ ਦਾ ਅਜੇ ਇਹਨਾਂ ਨੇ ਜਿਹੜਾ ਸਾਨੂੰ ਨਕਸ਼ਾ ਦਿੱਤਾ ਹੈ, ਉਹ 'ਚ ਇਹ ਲਾ ਕਹਿੰਦਾ ਕਿ ਠੇਕੇ ਦੇ ਨਾਲ ਹੀ ਇੱਕ ਗੋਦਾਮ ਬਣਾਇਆ ਜਾ ਸਕਦਾ ਜਿੱਥੇ ਸ਼ਰਾਬ ਰੱਖੀ ਜਾ ਸਕਦੀ ਜੀ, ਪਰ ਉਹ ਇੱਥੇ ਪਿੱਛੇ ਨਾਲ ਉਹ ਰਸਤਾ ਨਹੀਂ ਹੈ। ਕੁੱਲ ਮਿਲਾ ਕੇ ਠੇਕਾ ਲੀਗਲ ਅਤੇ ਸ਼ਰਾਬ ਵੀ ਲੀਗਲ ਹੈ। ਸਰ ਜਿਹੜੀ ਠੇਕੇ ਦੀ ਪਾਲਿਸੀ ਹੈ ਐਕਸਾਈਜ਼ ਵੱਲੋਂ ਲਾਗੂ ਕੀਤੀ ਗਈ ਹੈ ਕਿ ਠੇਕੇ ਦੇ ਅੰਦਰ ਆਪਾਂ ਪਾਣੀ ਦੀ ਬੋਤਲ, ਖਾਰਾ, ਨਮਕੀਨ ਵਗੈਰਾ ਵੇਚ ਸਕਦੇ ਹਾਂ ਸਰ, ਗਲਾਸ ਖਾਲੀ ਗਲਾਸ ਵਗੈਰਾ ਠੇਕੇ ਦੇ ਵਿੱਚ? ਹਾਂ ਸਰ, ਠੇਕੇ ਦੇ ਵਿੱਚ ਗਲਾਸ ਪਏ ਆ, ਠੇਕੇ ਦੇ ਵਿੱਚ ਇਸ ਬਾਰੇ ਕੋਈ ਉਹ ਨਹੀਂ ਕਿ ਖਾਰਾ ਜਾਂ ਨਮਕੀਨ ਜਾਂ ਕੁਛ ਰੱਖਿਆ ਹੋਏ, ਇਹ ਨਹੀਂ ਹੈ ਕਿ ਵੀ ਇੱਥੇ ਖੜ ਕੇ ਕੋਈ ਪੀ ਨਹੀਂ ਸਕਦਾ, ਆਫ ਦਾ ਪ੍ਰੈਮਿਸ ਖੜ ਕੇ ਪੀ ਸਕਦਾ ਸ਼ਰਾਬ, ਮਤਲਬ ਸਰ ਗੱਲ ਮੇਰੀ ਗੱਲ ਦੱਸੋ, ਮੈਂ ਦੱਸ ਰਿਹਾ ਕਿ ਵੀ ਸ਼ਰਾਬ ਇੱਥੇ ਖੜ ਕੇ ਨਹੀਂ ਪੀ ਸਕਦਾ, ਗਲਾਸ ਵੀ ਨਹੀਂ ਸੇਲ ਕਰ ਸਕਦਾ, ਪਾਣੀ ਦੀ ਬੋਤਲ ਭਰਿਆ ਪਿਆ ਜੀ ਤੁਹਾਡੇ ਸਾਹਮਣੇ ਪਿੱਛੇ, ਪਾਣੀ ਦੀਆਂ ਬੋਤਲਾਂ ਭਰੀਆਂ ਪਈਆਂ, ਗਵਰਨਮੈਂਟ ਤੋਂ ਮਨਜ਼ੂਰ ਸ਼ੁਦਾ ਹਾਤਾ ਨਹੀਂ ਹੋਟਲ, ਜੇ ਇਹਦਾ ਹੋਇਆ ਗੱਲ ਤਾਂ ਅਸੀਂ ਕਾਰਵਾਈ ਕਰਾਂਗੇ। ਕਾਰਵਾਈ ਕੀਤੀ ਜਾਊਗੀ ਸਰ? ਇੱਕ ਗੱਲ ਹੋਰ, ਉਹ ਤੁਹਾਡੇ ਕੋਲ ਪੈਰਾਂ 'ਚ ਦੇਖੋ ਦਾਰੂ ਪੀ ਕੇ ਗਲਾਸ ਪੀ ਕੇ ਇੱਥੇ ਸਿੱਟੇ ਹੋਏ ਆ, ਗਲੀ ਪੂਰਾ ਵਿਰੋਧ ਕਰ ਰਹੀ ਸਰ ਇਸ ਚੀਜ਼ ਦਾ, ਉਹ ਕਹਿੰਦੇ ਲੜਾਈਆਂ ਹੋਣੀਆਂ,
ਬਾਹਰ ਮਤਲਬ ਕਿਉਂਕਿ ਠੇਕਾ ਹੱਕ ਦਾ ਇਹਨਾਂ ਕੋਲ ਹੈ ਨਹੀਂ, ਇਸ ਕਰਕੇ ਬਾਹਰ ਹੀ ਦਾਰੂ ਪਰੋਸੀ ਜਾਂਦੀ ਹੈ ਵੀ ਪਏ ਆ ਔਰ ਲੜਾਈ ਹੁੰਦੀ ਹੈ ਇਸ ਨੂੰ ਲੈ ਕੇ। ਦੇਖੋ ਜੀ ਜੇ ਹੈ ਜੀ ਕੋਈ ਕਾਰਵਾਈ ਸਾਡੇ ਕੋਲ ਸ਼ਿਕਾਇਤ ਆਈ ਅਸੀਂ ਕਾਰਵਾਈ ਕਰਾਂਗੇ। ਆ ਗਲਾਸ ਦੇਖ ਲਓ ਸਾਹਮਣੇ ਭਾਈ ਜੀ, ਇੱਥੇ ਕੋਈ ਮੇਰੇ ਸਾਹਮਣੇ ਪੀ ਰਿਹਾ, ਤੁਹਾਡੇ ਸਾਹਮਣੇ ਪੀ ਰਿਹਾ, ਇੱਥੇ ਪੁਲਿਸ ਖੜੀ ਬਾਹਰ। ਨਹੀਂ ਉਹੀ ਮੈਂ ਕਹਿ ਰਿਹਾ ਕਿ ਜੇ ਕਾਰਵਾਈ ਹੈ ਜੀ ਕੀਤੀ ਗਈ ਗੱਲ ਅਸੀਂ ਕਾਰਵਾਈ ਕਰਾਂਗੇ ਐਜ਼ ਪਰ ਐਕਸਾਈ ਰੂਲ। ਉਹ ਤਾਂ 1 ਘੰਟੇ ਤੋਂ ਤੁਹਾਡੀ ਕਾਰਵਾਈ ਚੱਲ ਰਹੀ ਹੈ ਇਸ ਕਰਕੇ ਪੁਲਿਸ ਬਾਹਰ ਖੜੀ ਹੈ, ਕੋਈ ਦਾਰੂ ਲੈਣ ਆ ਨਹੀਂ ਰਿਹਾ, ਨਹੀਂ ਤਾਂ ਦਾਰੂ ਲੈਣ ਵੀ ਹਜੇ ਤੱਕ ਕੋਈ ਆਇਆ ਨਹੀਂਗਾ, ਕਿਹੜੀ ਤਾਂ ਦੂਰ ਦੀ ਗੱਲ। ਕੋਈ ਗੱਲ ਨਹੀਂ ਜੇ ਐਜ਼ ਹੀ ਕਾਰਵਾਈ ਇੱਥੇ ਅਸੀਂ ਲਗਾਤਾਰ ਚੈਕਿੰਗ ਰੱਖਾਂਗੇ ਤੇ ਹੋਇਆ ਤਾਂ ਕਾਰਵਾਈ ਕਰਾਂਗੇ। ਬਾਹਰ ਜਿਹੜੇ ਪਏ ਆ ਉਹ ਤਾਂ ਕਾਰਵਾਈ ਬੰਦੀ ਕਰ ਦਿੱਤੀ ਹੈ। ਪਾਣੀ ਦੇ ਗਲਾਸ ਪਏ ਯਾਰ, ਦੱਸੋ ਪਾਣੀ ਦੇ ਗਲਾਸ ਤੇ ਖਾਲੀ ਗਲਾਸ ਤੇ ਮੈਂ ਕੀ ਕਰਦਾ? ਨਹੀਂ ਖਾਲੀ ਗਲਾਸ ਤੇ ਮੈਂ ਕੀ ਕਾਰਵਾਈ ਕਰਦਾ? ਨਹੀਂ ਸਰ ਜਿਹੜੀ ਅੰਦਰ ਸਮਾਨ ਪਿਆ ਉਹ ਤੇ ਕਾਰਵਾਈ ਕੀਤੀ ਜਾਊਗੀ। ਹਾਂ ਉਹ ਕਾਰਵਾਈ ਕੀਤੀ। ਓਕੇ ਓਕੇ ਸਰ, ਠੀਕ ਹੈ ਸਰ। ਇੱਕ ਸਵਾਲ ਹੋਰ ਹੈ ਜੀ ਸਰ, ਇੱਕ ਸਵਾਲ ਹੋਰ ਹੈ ਜੀ ਕਿ ਇੱਕ ਜਿਹੜਾ ਠੇਕੇ ਦੇ ਬਾਹਰ ਵਾਟਰ ਕੂਲਰ ਰੱਖਣਾ ਜਾਂ ਠੇਕੇ ਦੇ ਬਾਹਰ ਖੜਾ ਕੇ ਸ਼ਰਾਬ ਪਿਲਾਉਣਾ ਜਾਇਜ਼ ਹੈ? ਜਿਹੜੇ ਬਾਰ ਬਾਰ ਠੀਕ ਤੁਹਾਡਾ ਏਰੀਆ ਇਹੀ ਹੈ ਜੀ? ਠੀਕ ਹੈ, ਥੈਂਕ ਯੂ ਸਰ।